ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਭਾਈ ਅਮਰਪਾਲ ਸਿੰਘ ਨੂੰ ਫੜਿਆ ਪਰ ਇਹਦੇ ਪਿੱਛੇ ਕਾਰਨ ਕੀ ਆ ਆਪਾਂ ਉੱਤੇ ਵਿਚਾਰ ਕਰਨੀ ਆ ਕਾਰਨ ਇਹ ਆ ਵੀ ਇਹ ਜਿਹੜੀ ਲੜਾਈ ਆ ਨਾ ਇਹ ਸਿੱਖ ਨੌਜਵਾਨੀ ਦੀ ਤੇ ਦਿੱਲੀ ਸਰਕਾਰ ਦੀ ਲੜਾਈ ਆ ਉਹ ਕਿਵੇਂ ਸੁਣੋ ਧਿਆਨ ਨਾਲ ਵੇਖੋ ਪਹਿਲਾਂ ਇਹਨਾਂ ਨੇ ਨੌਜਵਾਨੀ ਨੂੰ ਮਾਰਿਆ ਮੁਕਾਬਲੇ ਝੂਠੇ ਬਣਾ ਬਣਾ ਕੇ ਉਦੋਂ ਤੋਂ ਬਾਅਦ ਜਦੋਂ ਉਹ ਕੰਮ ਖਤਮ ਹੋਇਆ ਤੇ ਨਸ਼ੇ ਛੁੱਡ ਦਿੱਤੇ ਹਾਂਜੀ ਸੋ ਨਸ਼ਿਆਂ ਤੇ ਕੰਟਰੋਲ ਕਰਨਾ ਸਰਕਾਰ ਦਾ ਕੰਮ ਹੈ ਜਦੋਂ ਸਰਕਾਰ ਨੂੰ ਪਤਾ ਸੀਗਾ 20000ਾਂ ਦੇ ਹਿਸਾਬ ਨਾਲ ਰੋਜ਼ ਨੌਜਵਾਨ ਮਰ ਰਹੇ ਆ ਪਿੰਡਾਂ 'ਚ ਕਈ ਕਈ ਨੌਜਵਾਨ ਨਸ਼ਿਆਂ ਦੇ ਨਾਲ ਮਰ ਚੁੱਕੇ ਆ ਕੀ ਉਦੋਂ ਸਰਕਾਰ ਨੇ CRP ਜਾਂ ਫੌਜ CRP ਰਿਜ਼ਰਵ ਪੁਲਿਸ ਹੁੰਦੀ ਆ ਉਹਨੂੰ ਕਿਸੇ ਵੀ ਵੇਲੇ ਕਿੱਥੇ ਵੀ ਭੇਜਿਆ ਜਾ ਸਕਦਾ ਉਦਾਂ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਜਦੋਂ ਲੋੜ ਹੁੰਦੀ ਉਦੋਂ ਉਹਨਾਂ ਨੂੰ ਭੇਜਿਆ ਜਾਂਦਾ ਸੈਂਟਰਲ ਰਿਜ਼ਰਵ ਪੁਲਿਸ CRP ਦਾ ਮਤਲਬ ਹੀ ਇਹ ਹੈ ਕਿ ਉਦੋਂ ਪਿੰਡਾਂ 'ਚ ਭੇਜੀ ਗਈ ਵੀ 10-10 CRP ਵਾਲੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੋਣਗੇ ਜਿੱਥੇ ਵੀ ਕੋਈ ਨਸ਼ਾ ਵੇਚਦਾ ਫੜਿਆ ਗਿਆ ਉਹਦਾ ਇਨਕਾਊਂਟਰ ਕੀਤਾ ਜਾਵੇ ਜਾਂ ਉਹਨੂੰ ਰੈਸਟ ਕੀਤਾ ਜਾਵੇ ਨਹੀਂ ਇਦਾਂ ਦਾ ਨਾ ਕੰਮ ਕੀਤਾ ਗਿਆ ਕਿਉਂ ਕਿ ਇਹ ਇੱਕ ਨਵੀਂ ਤਕਨੀਕ ਸੀ ਤੁਹਾਨੂੰ ਨਸ਼ਿਆਂ ਦੇ ਨਾਲ ਮਾਰਨਾ ਤੇ ਜਦੋਂ ਭਾਈ ਅਮਰਪਾਲ ਸਿੰਘ ਨੇ ਇਸ ਮਹਿਮੇ ਦੇ ਬਰਖਲਾਫ ਬਗਾਵਤ ਵਿੱਢ ਦਿੱਤੀ ਵਹੀ ਦਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਵੀ ਅਸੀਂ ਮਤਲਬ ਕੀ ਹੈ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਤੇ ਬਿਕਰਮ ਮਜੀਠੀਏ ਵਰਗੇ ਵੀ ਰੋਲੀ ਪਾਉਂਦੇ ਸੀ ਵੀ ਉਹਨੂੰ ਰੈਸਟ ਕੀਤਾ ਜਾਵੇ ਕਿਉਂ ਕਿ ਉਹਦਾ ਬਿਜ਼ਨਸ ਬੰਦ ਹੋ ਰਿਹਾ ਤੇ ਜਦੋਂ ਉਹਨੂੰ ਫੜਿਆ ਗਿਆ ਤੇ ਪੁਲਿਸ ਵਾਲਿਆਂ ਦੇ ਵੀ ਨਾਂ ਵਿੱਚ ਆ ਗਏ ਵੀ ਪੁਲਿਸ ਵਾਲੇ ਵੀ ਨਾਲ ਰਲੇ ਹੋਏ ਆ ਤੇ ਜਦੋਂ ਮੈਨੂੰ ਵੀ ਰੈਸਟ ਕੀਤਾ ਗਿਆ ਸੀ ਮੈਂ ਉਹਦੇ ਨਾਲ ਇਹੀ ਗੱਲ ਕੀਤੀ ਸੀ ਪੁਲਿਸ ਵਾਲੇ ਨਾਲ ਡੀਐਸਪੀ ਨਾਲ ਵੀ ਕੀ ਹੈ ਤੁਹਾਡਾ ਕੰਮ ਨਹੀਂ ਕੰਟਰੋਲ ਕਰਨਾ ਤੁਸੀਂ ਕਰ ਰਹੇ ਹੋ ਤੇ ਕਹਿੰਦਾ ਅਸੀਂ ਨਸ਼ੇ ਵਾਲਾ ਫੜੀ ਦਾ ਬਾਅਦ ਚੋਂ ਆ ਸਾਨੂੰ ਉੱਤੋਂ ਫੋਨ ਪਹਿਲਾ ਆ ਜਾਂਦਾ ਇਹਨੂੰ ਛੱਡ ਦਿਓ ਯਾਨੀ ਕੀ ਇਹ ਸਰਕਾਰਾਂ ਨੇ ਤੁਹਾਨੂੰ ਨੌਜਵਾਨੀ ਨੂੰ ਮਾਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਸੀਗਾ ਨਸ਼ਿਆਂ ਨਾਲ ਮਾਰਨਾ ਤੇ ਭਾਈ ਅਮਰਪਾਲ ਸਿੰਘ ਨੇ ਬਗਾਵਤ ਛੇੜੀ ਤੇ ਉਹਦੇ ਨਾਲ ਹੁਣ ਇੰਨੀ ਏ ਧੱਕੇਸ਼ਾਈ ਹੋਈ ਆ ਜੇ ਉਹਨੂੰ ਫੜਨਾ ਹੀ ਸੀਗਾ ਮਤਲਬ ਕੀ ਕੋਈ ਗਲਤ ਕੰਮ ਜੇ ਹੋ ਗਿਆ ਤੇ ਉਹਦੇ ਆਪ ਥਾਣੇ 'ਚ ਉੱਥੇ ਜਾ ਕੇ ਕਹਿ ਰਿਹਾ ਸੀ ਵੀ ਜੇ ਮੇਰਾ ਕੋਈ ਕਸੂਰ ਆ ਅਰੈਸਟ ਕਰੋ ਤੇ ਜੇ ਉਹਦਾ ਵਾਕਈ ਕੋਈ ਕੁਸੂਮ ਸੀਗਾ ਤੇ ਸਰਕਾਰ ਫਿਰ ਦੱਸਦੀ ਵੀ ਆਹ ਧਾਰਾ ਭਾਈ ਅਮਰਸਾ ਪਾਲ ਸਿੰਘ ਤੇ ਲਾਈ ਆ ਉਹਦੇ ਰੈਸ਼ਟ ਬਰੰਟ ਲੈ ਕੇ ਉਹਨੂੰ ਮੀਡੀਆ ਦੇ ਭਾਵੇਂ ਬੋਲ ਦਿੰਦੀ ਵੀ ਅਸੀਂ ਉਹਨੂੰ ਰੈਸ਼ਟ ਕਰਨ ਜਾ ਰਹੇ ਹਾਂ ਪਰ ਜੇ ਇਸ ਤਰੀਕੇ ਨਾਲ ਉਹ ਫੜਿਆ ਜਾ ਰਿਹਾ ਕਿਉਂਕਿ ਕੱਲ ਨੂੰ ਸਿੱਧੂ ਪਰਸੋਂ ਨੂੰ ਕੱਲ ਪਰਸੋਂ ਨੂੰ ਕਹ ਲੋ ਸਿੱਧੂ ਮੂਸੇ ਵਾਲੇ ਦੇ ਵੀ ਵਰਸੀ ਆ ਉੱਥੇ ਵੀ ਪ੍ਰੋਗਰਾਮ ਹੋਣੇ ਸੀ ਉੱਥੇ ਵੀ ਕਈਆਂ ਨੇ ਬੋਲਣਾ ਸੀ ਵੀ ਪੰਜਾਬ ਦੇ ਵਿੱਚ ਕਿਤੇ ਕੋਈ ਨੌਜਵਾਨੀ ਨੂੰ ਸੇਧ ਨਾ ਮਿਲ ਜਾਵੇ ਇਹ ਸਾਰੇ ਕੰਮਾਂ ਕਰਕੇ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਇਦਾਂ ਫੜਿਆ ਆ ਤੇ ਹੁਣ ਜਿਹੜੇ ਸਾਡੇ ਪ੍ਰਚਾਰਕ ਸੀਗੇ ਟਕਸਾਲੀ ਵੀ ਆ ਕਈ ਤੇ ਕਈ ਅਕਾਲੀ ਵੀ ਆ ਤੇ ਕਈ ਮਸ਼ੀਨਰੀ ਵਾਲੇ ਵੀ ਆ ਜਿਹੜੇ ਉਹਦੇ ਬਰ ਖਿਲਾਫ ਬੋਲਦੇ ਸੀਗੇ ਹਾਂਜੀ ਹੁਣ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੁਣ ਤੇ ਭਾਈ ਅਮਰਤਪਾਲ ਸਿੰਘ ਫੜਿਆ ਗਿਆ ਪਤਾ ਨਹੀਂ ਕਦੋਂ ਛੱਡਣਗੇ ਨਹੀਂ ਛੱਡਣਗੇ ਹੁਣ ਤੁਹਾਡੇ ਕੋ ਪੂਰਾ ਮੌਕਾ ਆ ਜਿਹੜਾ ਤੁਹਾਨੂੰ ਸਾੜਾ ਸੀ ਨਾ ਵੀ ਇਹ ਕਿਉਂ ਚੌਧਰੀ ਬਣ ਗਿਆ ਹੁਣ ਤੁਸੀਂ ਉਹ ਤੇ ਕੱਲਾ ਚਲਾ ਰਿਆ ਸੀ ਇਹ ਸਾਰੀ ਮੁਹਿੰਮ ਹੁਣ ਤੁਸੀਂ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਆ ਗਏ ਆਪਣਾ ਜੋਰ ਲਾ ਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਰਖਲਾਫ ਉਹਦੇ ਵਾਂਗੂ ਮੁਹਿੰਮ ਵੜ ਕੇ ਦਿਖਾ ਦਿਓ ਅਮਰ ਸੰਚਾਰ ਦੀ ਮੁਹਿੰਮ ਤੋਰ ਕੇ ਦਿਖਾ ਦਿਓ ਜੇ ਤੁਹਾਡੇ ਚ ਦਮ ਹੈਗਾ ਤੇ ਜੇ ਨਹੀਂ ਹੈਗਾ ਤੇ ਨਾ ਤੁਸੀਂ ਕੁਝ ਕੀਤਾ ਫਿਰ ਲੱਖਾਂ ਦੀਆਂ ਲਾਣਤਾਂ ਤੁਹਾਡੇ ਤੇ ਤੇ ਫਿਰ ਐਵੇਂ ਜਾ ਜਾ ਕੇ ਪ੍ਰਚਾਰ ਕਰਨ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਸਰਕਾਰ ਨੇ ਮੁਹਿੰਮ ਵਢੀ ਹੋਈ ਆ ਪੰਜਾਬ ਨੂੰ ਨਸਿਆਂ ਦੇ ਨਾਲ ਮਾਰਨਾ ਤੇ ਉਹ ਚੱਲ ਰਹੀ ਆ ਤੁਹਾਨੂੰ ਪਤਾ ਲੱਗ ਗਿਆ ਮਜੀਠੀਆ ਨੂੰ ਵੀ ਫੜਿਆਗਾ ਪੁਲਿਸ ਵਾਲੇ ਦੇ ਵੀ ਹੱਥ ਆਗੇ ਵਿੱਚ ਪੁਲਿਸ ਵਾਲਿਆਂ ਦੇ ਵੀ ਹਾਂਜੀ ਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਅਜੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜਾਂ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਹੈ ਨਸਿਆਂ ਦਾ ਦੌਰ ਪੰਜਾਬ ਨੂੰ ਖਤਮ ਕਰਨ ਦੇ ਲਈ ਤੇ ਜਿਹਨੇ ਮਹਿਮ ਬੱਡੀ ਉਹਦੇ ਬਰ ਖਿਲਾਫ ਇਹ ਕੁਝ ਕਰ ਦਿੱਤਾ ਹੁਣ ਤੁਹਾਡਾ ਫਰਜ਼ ਮੰਨਦਾ ਸਾਰਿਆਂ ਦਾ ਇਹ ਕੰਮ ਨੂੰ ਅੱਗੇ ਤੋਰੋ ਨਾਲੇ ਤੁਸੀਂ ਵਾਵਾ ਖਾਟ ਲਿਓ ਕੈਮਰਿਆਂ ਮੂਰੇ ਆ ਗਿਆ ਬੱਲੇ ਬੱਲੇ ਤੁਸੀਂ ਕਰਾ ਲਓ ਜਿਹੜੀ ਸੋਚਦੇ ਸੀ ਨਾ ਵੀ ਉਹਦੀ ਬੱਲੇ ਬੱਲੇ ਹੋ ਰਹੀ ਆ ਹੁਣ ਤੁਸੀਂ ਕਰਾ ਲਓ ਸੋ ਇਹ ਬਿਲਕੁਲ ਕਲੀਅਰ ਹੈ ਵੀ ਇਹ ਇੱਕ ਸਰਕਾਰ ਦੀ ਤੇ ਪੰਜਾਬ ਦੀ ਨੌਜਵਾਨੀ ਦੀ ਲੜਾਈ ਆ ਤੇ ਜਿਹੜਾ ਹੁਣ ਕੰਮ ਕਰਨ ਵਾਲਾ ਉਹ ਇਹ ਆ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਘਰਾਉ ਹੋਣਾ ਚਾਹੀਦਾ ਕਿਸੇ ਮਾੜੇ ਮੋٹے ਦਾ ਨਹੀਂ ਉਹਦਾ ਘਰਾਉ ਹੋਣਾ ਚਾਹੀਦਾ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਅਮਰਤਪਾਲ ਸਿੰਘ ਤੇ ਕੀ ਦੋਸ਼ ਆ ਕਿਹੜੇ ਕਾਨੂੰਨ ਦੇ ਆਧਾਰ ਤੇ ਕਿਹੜੀ ਉੱਤੇ ਧਾਰਾ ਲਾਈ ਆ ਤੁਸੀਂ ਕਿੱਦਾਂ ਫੜਿਆ ਆ ਉਹਦੇ ਵਕੀਲ ਵੀ ਕਹਿ ਰਹੇ ਆ ਤੇ ਫਿਰ ਵੇਖੋ ਤੁਸੀਂ ਇਹਨਾਂ ਦੀ ਬਦਮਾਸ਼ੀ ਵੇਖੋ ਵੀ ਅਮਰਤਪਾਲ ਸਿੰਘ ਨੂੰ ਤੇ ਤੁਸੀਂ ਫੜ ਲਿਆ ਤੇ ਉਹਦੇ ਘਰੇ ਉਹਦੇ ਪਰਿਵਾਰ ਨੂੰ ਤੰਗ ਕਰਨ ਤੁਸੀਂ ਪਹੁੰਚੇ ਹੋਏ ਆ ਉਹ ਵੀ ਵੀਡੀਓ ਸਾਹਮਣੇ ਆ ਚੁੱਕੀ ਆ ਪੁਲਿਸ ਉਦਾਂ ਉਹਦੇ ਘਰੇ ਪਹੁੰਚੀ ਹੋਈ ਆ ਵੀ ਉਹਦੇ ਘਰੇ ਕੀ ਲੈਣ ਗਏ ਆ ਘਰੇ ਕੀ ਲੈਣ ਗਏ ਆ ਉਹ ਇਹਨਾਂ ਨੇ ਕੀ ਕਰਨਾ ਹੁੰਦਾ ਸਰਕਾਰਾਂ ਨੇ ਆਪੇ ਹੀ ਕੋਈ ਸਮਾਨ ਉਹਦੇ ਘਰੇ ਰੱਖ ਕੇ ਤੇ ਆਪੇ ਹੀ ਕਹਿਣਾ ਹੁੰਦਾ ਜੀ ਅਸੀਂ ਉਹਦੇ ਘਰੋਂ ਆ ਸਮਾਨ ਬਰਾਮਦ ਕੀਤਾ ਆ ਸਿਰਫ ਤੇ ਸਿਰਫ ਇਹੀ ਕਾਰਨ ਹੋ ਸਕਦਾ ਉਹਦੇ ਘਰੇ ਜਾਣ ਦਾ ਹੋਰ ਦੂਜਾ ਕਾਰਨ ਕੋਈ ਨਹੀਂ ਹੋ ਸਕਦਾ ਕਿਉਂ ਕਿਉਂਕਿ ਜਦੋਂ ਅਮਰਪਾਲ ਸਿੰਘ ਤੁਸੀਂ ਫੜ ਲਿਆ ਤੇ ਉਹਦੇ ਘਰੇ ਦਾਣੇ ਲੈਣ ਗਏ ਆ ਤੁਸੀਂ ਕੀ ਕਰਨ ਗਏ ਆ ਉਹਦੇ ਘਰ ਦੇ ਕੋਈ ਅਰੈਸਟ ਪਰ ਆਪਣਾ ਸਰਚ ਵਾਰੰਟ ਜਾਂ ਕੋਈ ਇਦਾਂ ਦੀ ਚੀਜ਼ ਤੁਹਾਡੇ ਕੋਲੇ ਹੈਗੀ ਆ ਵੀ ਤੁਸੀਂ ਮੂੰਹ ਚੱਕ ਕੇ ਉਹਦੇ ਘਰ ਦੇ ਘਰੇ ਗਏ ਆ ਕਿਉਂ ਗਏ ਆ ਸੋ ਇਹ ਗੁਰੂ ਪਿਆਰਿਓ ਸਿਰਫ ਤੇ ਸਿਰਫ ਸਾਫ਼ ਹੈ ਇੱਕ ਸਰਕਾਰ ਦੀ ਤੇ ਪੰਜਾਬ ਦੀ ਨੌਜਵਾਨੀ ਦੀ ਇਹ ਲੜਾਈ ਆ ਤੇ ਪੰਜਾਬ ਦੀ ਨੌਜਵਾਨੀ ਜੇ ਨਸਿਆਂ ਨਾਲ ਮਰਦੀ ਰਵੇ ਤੇ ਖੁਸ਼ ਆ ਹੱਥ ਤੇ ਹੱਥ ਧਰ ਕੇ ਸਰਕਾਰਾਂ ਬੈਠੀਆਂ ਰਹਿੰਦੀਆਂ ਫਿਰ ਕੁਝ ਨਹੀਂ ਕਰਦੀਆਂ ਕਿਉਂਕਿ ਇਹ ਸਰਕਾਰਾਂ ਵੱਲੋਂ ਹੀ ਗੰਦ ਪਾਇਆ ਗਿਆ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਸਰਕਾਰ ਦੀ ਤੇ ਨੌਜਵਾਨੀ ਦੀ ਲੜਾਈ ਆ ਤੇ ਸਾਨੂੰ ਸਾਰਿਆਂ ਨੂੰ ਤਤਪਰ ਹੋਣਾ ਚਾਹੀਦਾ ਸਰਕਾਰ ਦੇ ਵਰਖਲਾਫ ਵਾਜ ਚੁਕਣੀ ਚਾਹੀਦੀ ਹੈ ਹਰ ਕਿਸੇ ਨੂੰ ਚੁਕਣੀ ਚਾਹੀਦੀ ਹੈ ਦੇਸ਼ 'ਚ ਵੀ ਵਿਦੇਸ਼ 'ਚ ਵੀ ਅੰਬੈਸੀਆਂ ਦੇ ਵੀ ਵਿਦੇਸ਼ਾਂ ਦੇ ਵਿੱਚ ਘਰਾਓ ਹੋਣੇ ਚਾਹੀਦੇ ਆ ਉੱਥੇ ਵੀ ਇਹਨਾਂ ਨੂੰ ਪੁੱਛਣਾ ਚਾਹੀਦਾ 12 ਵਜੇ ਤਕਰੀਬਨ ਇਹ ਬਾਹਰ ਨਿਕਲਦੇ ਹੁੰਦੇ ਆ ਦੁਪਹਿਰੇ ਅੰਬੈਸੀਆਂ ਤੋਂ ਜਦੋਂ ਮਤਲਬ ਕਿ ਕਹ ਲਓ ਸਵੇਰੇ ਆਉਂਦੇ ਆ ਅੰਬੈਸੀ ਤੇ 11 12 ਵਜੇ ਬਾਹਰ ਨਿਕਲਦੇ ਹੁੰਦੇ ਆ ਤੇ ਪੱਤਰਕਾਰ ਵੀ ਉੱਥੇ ਜਾਣ ਜਿਹੜੇ ਕੋਈ ਵਿਦੇਸ਼ਾਂ 'ਚ ਪੰਜਾਬੀ ਪੱਤਰਕਾਰ ਆ ਉੱਥੇ ਵੀ ਇਹਨਾਂ ਨੂੰ ਸਵਾਲ ਕਰਨ ਕਿ ਪੰਜਾਬ ਦੀ ਨੌਜਵਾਨੀ ਜਦੋਂ ਨਸ਼ਿਆਂ ਨਾਲ ਮਰ ਰਹੀ ਸੀ ਉਦੋਂ ਤੇ ਤੁਸੀਂ ਪੰਜਾਬ 'ਚ ਕੋਈ CRP ਜਾਂ ਕੁਝ ਕੀਤਾ ਨਹੀਂ ਵੀ ਨਸ਼ੇ ਨੂੰ ਅਸੀਂ ਵੱਡੇ ਤੌਰ ਤੇ ਕੰਮ ਕਰੀਏ ਵੀ ਬੰਦ ਹੋਵੇ ਤੇ ਹੁਣ ਭਾਈ ਅਮਰਪਾਲ ਸਿੰਘ ਦੇ ਬਰਖਿਲਾਫ ਇਹਨਾਂ ਕਿਉਂ ਤੇ ਉਹਦਾ ਕਸੂਰ ਕੀ ਹੈ ਇਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੀਦਾ ਸੋ ਅੰਬੈਸੀਆਂ ਦਾ ਵਿਦੇਸ਼ਾਂ 'ਚ ਤੇ ਇਹ ਉੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਘਰਾਓ ਜਰੂਰ ਹੋਣਾ ਚਾਹੀਦਾ ਇਹ ਜ਼ਰੂਰ ਕਰਨਾ ਚਾਹੀਦਾ ਤੇ ਜਿਹੜੇ ਪ੍ਰਚਾਰਕਾ ਜਿਹੜੇ ਤੇ ਨਹੀਂ ਅਮਰਪਾਲ ਸਿੰਘ ਦੇ ਬਰਖਲਾਫ ਕਦੀ ਬੋਲੇ ਉਹ ਵੀ ਇਹ ਮਹਿਮਤ ਹੋਰਣ ਵੱਡੇ ਪੱਧਰ ਤੇ ਸਾਰੇ ਇਕੱਠੇ ਹੋ ਕੇ ਪ੍ਰਚਾਰਕ ਨਸ਼ਿਆਂ ਦੇ ਵਿਰੁੱਧ ਤੇ ਅਮਰਸਨਚਾਰ ਦੀ ਲਹਿਰ ਚਲਾਉਣ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਜਿਹੜੇ ਉਹਦੇ ਬਰਖਲਾਫ ਬੋਲਦੇ ਸੀ ਜਿਨ੍ਹਾਂ ਨੂੰ ਸਾੜਾ ਸੀ ਹੁਣ ਤੁਹਾਡੇ ਕੋਲ ਮੌਕਾ ਆ ਤੇ ਜ਼ਰੂਰ ਇਹ ਕੰਮ ਕਰੋ ਜੇ ਨਾ ਕੀਤਾ ਤੇ ਅਮਰਿਤਪਾਲ ਸਿੰਘ ਦੇ ਪ੍ਰਚਾਰਕ ਜਿਹੜੇ ਬਰਖਲਾ ਬੋਲੇ ਸੀ ਤੁਹਾਡੇ ਤੇ ਲੱਖਾਂ ਦੀਆਂ ਇਲਾਨਤਾਂ ਆਇਆ ਫਿਰ ਇੰਨੀ ਆਕ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ